ਉਦੋਂ ਬੜਾ ਹਰਾ ਪਿੰਡ ਖੜਦਾ ਹੁੰਦਾ ਸੀ, ਹੁਣ ਕਿੱਥੇ ਹਰਾ ਪਿੰਡ। ਉਦੋਂ ਕਹਿੰਦਾ ਸੀ ਸਿਕਿਉਰਿਟੀ ਬਾਕੀ ਪਾਰਟੀਆਂ ਲਈ ਜਾਂਦੀਆਂ, ਹੁਣ ਤਾਂ ਤੁਸੀਂ ਦੇਖਿਆ ਜਿਹੜੇ ਪਿੰਡ ਜਾਂਦਾ ਨਾਲ ਦੇ ਚਾਰ ਪਿੰਡਾਂ ਨੂੰ ਕਰਫਿਊ ਲਾ ਦਿੰਦੇ ਆ। ਜੇ ਕੋਈ ਕਾਰ ਸ਼ਰਾਬ ਪੀ ਕੇ ਚਲਾਉਂਦਾ ਕੀ ਕਰਦੇ ਆ ਪੁਲਿਸ ਵਾਲੇ, ਇੱਥੇ ਪੂਰੀ ਬੋਤਲ ਪੀ ਕੇ ਸਰਕਾਰ ਚਲਾਈ ਜਾਂਦਾ ਭਗਵੰਤ ਮਾਨ। ਮੈਂ ਕਿਹਾ ਜਦੋਂ ਕਿਸੇ ਮਰਜ਼ੀ ਟਾਈਮ ਉਹ ਮਸ਼ੀਨ ਦੀ ਉਹਦੇ ਮੂੰਹ 'ਚ ਪਾ ਦਿਓ, ਇਹ ਪੂਰਾ ਫੁੱਲ ਜਾਊਗੀ ਕੰਮ। ਅੱਜ ਹਾਲਾਤ ਕੀ ਆ ਪੰਜਾਬ, ਨਸ਼ਾ ਘਰ ਘਰ ਫੈਲ ਗਿਆ ਹੈ। ਮੈਂ SSP ਨੂੰ ਪੁੱਛਿਆ, ਮੇਰੇ ਨਾਲ ਉਦੋਂ ਸੀਗੇ ਅਫਸਰ ਕਈ ਤੇ ਉਹ SSP ਬਣ ਗਏ। ਮੈਂ ਉਹਨਾਂ ਨੂੰ ਕਿਹਾ ਨਸ਼ਾ ਇੰਨਾ ਕਿਉਂ ਹੈ, ਉਹ ਕਹਿੰਦੇ ਅਸੀਂ ਕੀ ਕਰੀਏ। ਸਾਡੇ ਮੁੱਖ ਮੰਤਰੀ ਨੇ ਕਿਹਾ ਕਿ ਜੋ MLA ਕਹੂਗਾ ਉਹੀ ਕਰਨਾ ਹੈ, ਤੇ MLA ਨੇ ਸਾਨੂੰ ਕਿਹਾ ਕਿ ਆਹ ਬੰਦਿਆਂ ਨੂੰ ਹੱਥ ਨਹੀਂ ਲਾਉਣਾ, ਜੋ ਮਰਜ਼ੀ ਕਰੀ ਜਾਣ। ਮਹੀਨਾ ਲਈ ਜਾਂਦੇ ਆ 10 ਲੱਖ, 5 ਲੱਖ, 7 ਲੱਖ, 10 ਲੱਖ, 15 ਲੱਖ। ਇੱਕ ਚੀਜ਼ ਦੱਸ ਦਿਓ, ਉਦੋਂ ਬੜਾ ਹਰਾ ਪਿੰਡ ਕੱਢਦਾ ਹੁੰਦਾ ਸੀ, ਹੁਣ ਕਿੱਥੇ ਹਰਾ ਪਿੰਡ। ਉਦੋਂ ਕਹਿੰਦਾ ਸੀ ਸਿਕਿਉਰਿਟੀ ਬਾਕੀ ਪਾਰਟੀਆਂ ਲਈ ਜਾਂਦੀਆਂ, ਹੁਣ ਤਾਂ ਤੁਸੀਂ ਦੇਖਿਆ ਜਿਹੜੇ ਪਿੰਡ ਜਾਂਦਾ ਨਾਲ ਦੇ ਚਾਰ ਪਿੰਡਾਂ ਨੂੰ ਕਰਫਿਊ ਲਾ ਦਿੰਦੇ ਆ। ਸਹੀ ਮਿਣੇ ਤੇ ਜਿਹਨੇ ਸਰਕਾਰ ਦਾ ਅਸਲੀ ਆਨੰਦ ਲਿੱਤਾ ਨਾ, ਉਹ ਝਾੜੂ ਵਾਲਿਆਂ ਨੇ ਆ ਅਸਲੀ ਫੀਲਿੰਗ ਲੈਣ ਵਾਸਤੇ ਬੈਠ ਆਇਆ। ਮੈਂ ਲੱਗਦਾ ਇੱਥੇ 4-5 ਚੀਫ ਮਿਨਿਸਟਰ ਇਕੱਠੇ ਫਿਰ ਰਹੇ ਆ, ਇੱਕ ਆਪ, ਇੱਕ ਉਹਦੀ ਧਰਮ ਪਤਨੀ, ਇੱਕ ਭੈਣ ਜੀ, ਇੱਕ ਮਾਤਾ ਜੀ। ਤੁਸੀਂ ਦੇਖ ਲਓ, ਭਾਵੇਂ ਮਾਤਾ ਸੰਗਰੂਰ ਜ਼ਿਲ੍ਹੇ 'ਚ ਆਏ, ਅੱਗੇ SSP, ਪਿੱਛੇ DC, ਸਾਰੇ ਨਾਲ ਗੱਡੀਆਂ ਦੇ ਕਾਫਲਾ। ਐ ਕੋਈ ਮੁੱਖ ਮੰਤਰੀ ਦੀ ਮਾਤਾ ਜੀ ਜਾਂਦੇ? ਪਰ ਉਦੋਂ ਗੁੰਮਰਾਹ ਕਰਨਾ ਸੀ, ਸ਼ਰਾਬ ਇੰਨੀ ਪੀਂਦਾ। ਹੁਣ ਤੁਸੀਂ ਤੁਹਾਡੇ ਇੱਥੇ ਹੀ ਸਹੁੰ ਖਾਧੀ ਸੀ ਨਾ, ਆਪਣੀ ਮਾਂ ਦੀ ਸਹੁੰ ਖਾਧੀ ਸੀ ਬਰਨਾਲੇ। ਹੁਣ ਤੁਸੀਂ ਦੇਖੋ ਥੋੜਾ ਮੈਂਟਲ ਹੋ ਗਿਆ, ਕੀ ਹੋਇਆ? ਇੱਥੇ ਥਾਣੇਦਾਰ ਸਾਹਿਬ ਕਿੱਥੇ? DSP ਸਾਹਿਬ, ਇੱਕ ਦੱਸਿਓ ਆਪਣਾ ਕਾਨੂੰਨ ਕੀ ਕਹਿੰਦਾ? ਜੇ ਕੋਈ ਸ਼ਰਾਬ ਪੀਏ ਟਰੈਕਟਰ ਚਲਾਉਂਦਾ, ਉਹਨੂੰ ਤੁਸੀਂ ਅੰਦਰ ਕਰਦੇ ਹੋ ਕਿ ਛੱਡ ਦਿੰਦੇ ਹੋ? ਅੰਦਰ ਕਰਦੇ ਆ। ਜੇ ਕੋਈ ਕਾਰ ਸ਼ਰਾਬ ਪੀ ਕੇ ਚਲਾਉਂਦਾ ਕੀ ਕਰਦੇ ਆ ਪੁਲਿਸ ਵਾਲੇ? ਇੱਥੇ ਪੂਰੀ ਬੋਤਲ ਪੀ ਕੇ ਸਰਕਾਰ ਚਲਾਈ ਜਾਂਦਾ ਭਗਵੰਤ ਮਾਨ। ਪੂਰੀ ਬੋਤਲ ਸਵੇਰੇ ਟਕਾ ਲੈਂਦਾ ਤੇ ਸਰਕਾਰ ਚਲਾਉਂਦਾ, ਕੁਛ ਕਹਿੰਦੇ ਹੀ ਨਹੀਂ ਇਹਨੂੰ। ਮੈਂ ਕਿਹਾ ਜਦੋਂ ਕਿਸੇ ਮਰਜ਼ੀ ਟਾਈਮ ਉਹ ਮਸ਼ੀਨ ਦੀ ਉਹਦੇ ਮੂੰਹ 'ਚ ਪਾ ਦਿਓ, ਇਹ ਪੂਰਾ ਫੁੱਲ ਜਾਊਗੀ ਕੰਮ। ਹੁਣ ਤੁਸੀਂ ਦੇਖਿਆ ਕੀ ਕੀਤਾ ਕਰਤੂਤਾਂ ਉਹਦੀਆਂ? ਆ ਬਠਿੰਡੇ ਪਰਸੋਂ ਸ਼ਾਮ ਨੂੰ ਰੋਡ ਸ਼ੋਅ ਸੀ, ਕੋਈ 8-8:30 ਵੱਜ ਗਏ, ਪਹਿਲੇ ਤਾਂ ਆਉਂਦਾ ਨਹੀਂ ਸੀ। ਉਹਨਾਂ ਨੇ ਕਿਹਾ ਜੀ ਇਕੱਠ ਹੋਇਆ ਪਿਆ, ਆ ਗਿਆ ਗੱਡੀ ਦੇ ਉੱਤੇ ਚੜ ਗਿਆ, ਬੋਨਟ ਤੇ ਭੰਗੜਾ ਪਾਉਣ ਲੱਗ ਗਿਆ, ਫਿਰ ਇਹਨੂੰ ਜ਼ਿਆਦਾ ਚੜ ਗਈ, ਫਿਰ ਉਹ ਸਿਪਾਹੀ ਨੂੰ ਕਿਹਾ ਬੋਤਲ ਫੜਾ ਪਾਣੀ ਦੀ, ਵੀ ਆਪਣੇ ਸਿਰ ਤੇ ਪਾ ਦੀ ਪਾਣੀ। ਕਿਹਨੇ ਆ ਵੀਡੀਓ ਦੇਖੀ ਹੈ? ਦੇਖੀ ਹੈ ਨਾ? ਹੁਣ ਇਹ ਜਾ ਮੁੱਖ ਮੰਤਰੀ ਆਪਾਂ ਕਹਾਂਗੇ ਸ਼ਰਮ ਨਹੀਂ ਆਉਂਦੀ ਆਪਾਂ ਨੂੰ, ਕਹਿੰਦੇ ਮੁੱਖ ਮੰਤਰੀ। ਆਹ ਤਾਂ ਹਾਲਾਤ ਹੈ।